ਵੀਰੋ ਇਹ ਲੜਾਈ ਇਨਸਾਫ ਦੀ ਹੈ, ਇਹ ਕੋਈ ਸਾਡੀ ਚਲਾਈ ਹੋਈ ਲੜਾਈ ਨਹੀਂ ਹੈ, ਇਹ ਗੁਰੂ ਨਾਨਕ ਸਾਹਿਬ ਦੀ ਲੜਾਈ ਚਲਾਈ ਹੋਈ ਹੈ, ਜਿਹੜੀ ਗੁਰੂ ਸਾਹਿਬ ਨੇ ਬਾਬਰ ਬਾਦਸ਼ਾਹ ਨਾਲ ਲੜੀ ਸੀ। ਖਾਲਸਾ ਜੀ, ਅਸੀਂ ਜਬਰ ਜ਼ੁਲਮ ਤੋਂ ਤੰਗ ਹੋ ਕੇ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਹੈ, ਔਰ ਅਸੀਂ ਉਹਨਾਂ 'ਚ ਆਰਾਮ ਨਾਲ ਨਹੀਂ ਬੈਠਾਂਗੇ ਜਿੰਨਾ ਚਿਰ ਅਸੀਂ ਇੱਕ ਅਜਿਹਾ ਘਰ ਨਹੀਂ ਬਣਾ ਲੈਂਦੇ ਜਿਸ ਵਿੱਚ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ, ਸਾਡਾ ਧਰਮ ਸੁਰੱਖਿਅਤ ਹੋਵੇ। ਖਾਲਸਾ ਜੀ, ਜਿਸ ਕੌਮ ਨੇ ਸਾਨੂੰ ਜੁਝਾਰੂ ਅਖਵਾਉਣ ਦਾ ਮਾਣ ਦਿੱਤਾ ਹੈ, ਅਸੀਂ ਉਸ ਕੌਮ ਨਾਲ ਪ੍ਰਣ ਕਰਦੇ ਹਾਂ ਕਿ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ, ਆਪਣੇ ਨਿਸ਼ਾਨੇ ਤੇ ਪਹੁੰਚਣ ਵਾਸਤੇ ਖੂਨ ਦਾ ਇੱਕ ਇੱਕ ਕਤਰਾ ਵਹਾ ਦਿਆਂਗੇ। ਦੱਸਾਂਗਾ ਤਾਂ ਮੈਂ ਜੁਗਰਾਜ ਸਿੰਘ ਇੱਕ ਸੂਏ ਦੀ, ਕਿਵੇਂ ਖੁਰਦ ਨੂੰ ਜਿਸਨੇ ਦੁਨੀਆਂ ਵਿੱਚ ਚਮਕਾਇਆ, ਜੋਧਾ ਸੀ ਇਕਲੌਤਾ ਵੀਰਾ ਪੰਜਾਂ ਭੈਣਾਂ ਦਾ, ਬਾਪੂ ਮਿੱਤਰ ਸਿੰਘ ਦਾ ਭਾਰ ਨਾ ਅਜੇ ਵੰਡਾਇਆ, ਪੁੱਤਰ ਹੁੰਦੇ ਨੇ ਡੰਗੋਰੀ ਬੁੱਢੇ ਮਾਪਿਆਂ ਦੀ, ਕਹਿੰਦਾ ਮਿਲਿਆ ਹੈ ਜੋ ਜੀਵਨ ਮੈਨੂੰ ਸਿੱਖੀ ਦੇ, ਹੋ ਜੇ ਸਫਲ ਜੇ ਹੋ ਕੰਮ ਲਈ ਜੇ ਲਾਇਆ, ਸੋਧਾਂ ਦੋਸ਼ਾਂ ਨੂੰ ਮੈਂ ਗਈ ਗਿਣ ਲੈ ਲਾਂ ਬਦਲੇ ਨੂੰ, ਜਿੰਨਾ ਦਸਗੁਰਾਂ ਦਾ ਤੋਪਾਂ ਨਾਲ ਹੀ ਉਡਾਇਆ, ਜਿਹੜੇ ਦੇਣ ਤੁਸੀਂ ਇਹ ਕੰਮ ਬਰਸਤੀ ਸਿੰਘਾਂ ਨੂੰ, ਵਿੱਚੋਂ ਨਾਮ ਇੱਕ ਹੈ ਗੋਬਿੰਦ ਰਾਮ ਦਾ ਆਇਆ, ਗੋਹਾ ਕੋਲ ਇਸ ਨੇ ਮੂੰਹ ਉਸ ਦੇ ਲਾਇਆ, ਪੀਏ ਪੀ ਉਡਾਤਾ ਬੈਠਾ ਉੱਪਰ ਕੁਰਸੀ ਦੇ, ਪੀਏ ਪੀ ਉਡਾਤਾ, ਪੀਏ ਪੀ ਉਡਾਤਾ ਬੈਠਾ ਉੱਪਰ ਕੁਰਸੀ ਦੇ, ਪਾਣਾ ਪਾਪੀ ਉੱਤੇ ਸਿੰਘਾਂ ਨੇ ਵਰਤਾਇਆ, ਪਾਪੀ ਵਾਂਗ ਠੀਕਰਾ ਟੁਕੜੇ ਟੁਕੜੇ ਕਰਿਆ ਸੀ, ਇਕੱਠਾ ਕਰਕੇ ਇਸ ਨੂੰ ਵਿੱਚ ਬੈਗ ਦੇ ਪਾਇਆ, ਭਾਰੀ ਕੱਟ ਹੋਇਆ ਸੰਸਕਾਰ ਸਮੇਂ ਸੀ ਜੋ ਦੇ ਦੇ, ਜਾਗੋ ਵਾਲਿਆਂ ਤੋਂ ਨਾ ਜਾਵੇ ਸੱਚ ਛੁਪਾਇਆ, ਜੋ ਲੋਕ ਸ਼ਾਂਤੀ ਸ਼ਾਂਤੀ ਪੁਕਾਰਦੇ ਹਨ, ਮੈਂ ਉਹਨਾਂ ਨੂੰ ਪੁੱਛਦਾ ਕਿ ਸ਼ਾਂਤੀ ਕਿੱਥੋਂ ਆਵੇਗੀ, ਸ਼ਾਂਤੀ ਕਿਵੇਂ ਆਵੇਗੀ? ਸਾਹਸਾ ਜੀ, ਸ਼ਾਂਤੀ ਬੰਦੂਕ ਦੀ ਗੋਲੀ ਵਿੱਚੋਂ ਨਿਕਲੇਗੀ।